ਹੁਣ ਇਸ ਪਤਨੀ ਨੇ ਆਪਣੇ ਹੀ ਪਤੀ ਨੂੰ ਗੱਡੀ ਚਾੜ ਕੇ ਮਾਰ ਕੇ ਸਹੀ ਕੀਤਾ ਜਾਂ ਗਲਤ ਕੀਤਾ ਇਹ ਤੁਸੀਂ ਆਪਣਾ ਕਮੈਂਟ ਲਿਖ ਕੇ ਦੱਸਿਓ ਪਹਿਲਾ ਇਸ ਔਰਤ ਦੇ ਪਤੀ ਨੇ ਆਪਣੀ ਹੀ ਨਵਾਲਗ ਧੀ ਦੇ ਨਾਲ ਬਹੁਤ ਗੰਦੀ ਕਰਤੂਤ ਕੀਤੀ ਤੇ ਬਾਅਦ ਦੇ ਵਿੱਚ ਇਸ ਔਰਤ ਨੇ ਆਪਣੇ ਪਤੀ ਨੂੰ ਗੱਡੀ ਚਾੜ ਦਿੱਤਾ ਘਟਨਾ ਪੰਜਾਬ ਦੀ ਹੈ ਪੰਜਾਬ ਦੇ ਫਰੀਦਕੋਟ ਦੇ ਵਿੱਚ ਪਿੰਡ ਹੈ ਟਾਬ ਸ਼ੇਰ ਸਿੰਘ ਵਾਲਾ ਤੇ ਉਥੇ ਇੱਕ ਇਹ ਪਰਿਵਾਰ ਰਹਿੰਦਾ ਸੀ ਇਹ ਇਹਨਾਂ ਪਤੀ ਪਤਨੀ ਦੀ ਇੱਕ ਨਬਾਲਗ ਬੇਟੀ ਹੈ ਅਜੇ ਬਾਲਗ ਨਹੀਂ ਹੈ ਤਾਂ ਪਤੀ ਪਤੀ ਜਿਹੜਾ ਉਸ ਦੀ ਕਈ ਵਾਰ ਬੱਚੀ ਨੇ ਮਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਮੇਰੇ ਨਾਲ ਗਲਤ ਹਰਕਤਾਂ ਕਰਦਾ ਹੈ ਜਾਣਕਾਰੀ ਮੁਤਾਬਕ ਹੁਣ ਮਾਂ ਨੇ ਆਪ ਜਦੋਂ ਦੇਖ ਲਿਆ ਕਿ ਜਿਹੜਾ ਇਸ ਦਾ ਪਤੀ ਹੈ ਉਹ ਆਪਣੀ ਹੀ ਧੀ ਦੇ ਨਾਲ ਗਲਤ ਕੰਮ ਕਰ ਰਿਹਾ ਹੈ ਤਾਂ ਫਿਰ ਇਸ ਤੋਂ ਰਿਹਾ ਨਹੀਂ ਗਿਆ ਇਸ ਨੇ ਘੋਟਣਾ ਚੱਕਿਆ ਤੇ ਇਹ ਆਪਣੇ ਪਤੀ ਦੇ ਨਾਲ ਝਗੜ ਪਈ ਤੇ ਆਪਣੇ ਪਤੀ ਦੇ ਸਿਰ ਦੇ ਵਿੱਚ ਇਸ ਨੇ ਘੋਟਣਾ ਮਾਰਿਆ ਤੇ ਪਤੀ ਦਾ ਘੋਗਾ ਚਿਤ ਕਰ ਦਿੱਤਾ ਮਤਲਬ ਕਿ ਪਤੀ ਦੀ ਮੌਤ ਹੋ ਗਈ ਹੁਣ ਦੇਖੋ ਇਹ ਬਹੁਤ ਘਟਿਆ ਕਿਸਮ ਦੀ ਵਾਰਦਾਤ ਹੋਈ ਹੈ ਪਹਿਲਾ ਜੋ ਕੁਛ ਪਿਤਾ ਨੇ ਆਪਣੀ ਹੀ ਧੀ ਦੇ ਨਾਲ ਕੀਤਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਸਾਡਾ ਸਮਾਜ ਕਿੱਧਰ ਨੂੰ ਤੁਰ ਪਿਆ ਇਹ ਸਮਾਜ ਚ ਕੀ ਵਾਪਰ ਲੱਗ ਗਿਆ ਸਾਡਾ ਸਮਾਜ ਕਿਉਂ ਇੰਨੇ ਨਘਾਰ ਦਾ ਸ਼ਿਕਾਰ ਹੁੰਦਾ ਜਾ ਰਿਹਾ ਜਿਹੋ ਜਿਹਾਂ ਘਟਨਾਵਾਂ ਰੋਜ਼ਾਨਾ ਹੀ ਖਬਰਾਂ ਬਣਦੀਆਂ ਨੇ ਉਹ ਲਾਜ਼ਮੀ ਹੀ ਸਾਡੇ ਸਮਾਜ ਦੇ ਨਿੱਗਰ ਜਾਣ ਦੀ ਗਰਕ ਜਾਣ ਦੀ ਤਸਵੀਰ ਪੇਸ਼ ਕਰਦੀਆਂ ਨੇ ਧੀ ਤੇ ਪਿਓ ਦਾ ਰਿਸ਼ਤਾ ਬਹੁਤ ਪਿਆਰਾ ਤੇ ਜਜ਼ਬਾਤੀ ਰਿਸ਼ਤਾ ਹੈ ਬਹੁਤ ਮਿੱਠਾ ਰਿਸ਼ਤਾ ਹੈ ਧੀਆ ਆਪਣੇ ਪਿਤਾ ਨੂੰ ਬਾਬਲ ਮੰਨਦੀਆਂ ਨੇ ਸਭ ਤੋਂ ਸੁਰੱਖਿਅਤ ਤੇ ਸਭ ਤੋਂ ਸੇਫ ਧੀਆ ਆਪਣੇ ਪਿਓ ਦੀ ਹਾਜ਼ਰੀ ਚ ਮਹਿਸੂਸ ਕਰਦੀਆਂ ਨੇ ਔਰ ਜਦੋਂ ਪਿਤਾ ਹੀ ਆਪਣੀ ਧੀ ਨੂੰ ਹੱਥ ਪਾਉਣ ਲੱਗ ਪਏ ਤਾਂ ਫਿਰ ਇਸ ਤੋਂ ਘਟੀਆ ਕੁਝ ਹੋ ਨਹੀਂ ਸਕਦਾ ਤੇ ਇਸੇ ਹੀ ਤਰ੍ਹਾਂ ਜੋ ਗੱਲ ਆ ਰਹੀ ਹੈ ਪੁਲਿਸ ਵੀ ਦੱਸ ਰਹੀ ਹੈ ਤੇ ਪਰਿਵਾਰ ਵੀ ਕਿ ਇਸ ਪਿਤਾ ਨੇ ਆਪਣੀ ਧੀ ਨੂੰ ਹੀ ਹੱਥ ਪਾਉਣ ਦੀ ਕੋਸ਼ਿਸ਼ ਬਾਰ-ਬਾਰ ਕੀਤੀ ਉਹਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਆਖਰ ਇਸ ਮਾਂ ਤੋਂ ਫਿਰ ਜਰਿਆ ਨਹੀਂ ਗਿਆ ਤੇ ਇਸ ਮਾਂ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਹੁਣ ਇੱਕ ਪਿਤਾ ਦੀ ਗੰਦੀ ਹਵਸ ਭਰੀ ਕਰਤੂਤ ਨੇ ਪੂਰਾ ਪਰਿਵਾਰ ਤਬਾਹ ਕਰ ਦਿੱਤਾ ਬੰਦਾ ਜਹਾਨੋਂ ਤੁਰ ਗਿਆ ਔਰਤ ਹੁਣ ਜੇਲ੍ਹ ਚਲੀ ਜਾਏਗੀ ਤੇ ਬੱਚੇ ਵਿਚਾਰੇ ਰੋਲ ਜਾਣਗੇ ਹੁਣ ਉਹਨਾਂ ਦਾ ਕੋਈ ਵਾਰੀ ਵਾਰਸ ਨਹੀਂ ਰਿਹਾ ਉਹੀ ਵਿਚਾਰੀ ਧੀ ਹੁਣ ਫਿਰ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਆਸੁਰਖਿਅਤ ਮਹਿਸੂਸ ਕਰੇਗੀ ਔਰ ਸਾਰੀ ਉਮਰ ਇੱਕ ਡਰ ਦੇ ਸائے ਹੇਠ ਜਿਏਗੀ ਹੁਣ ਸਵਾਲ ਇਹ ਹੈ ਕਿ ਆਖਰਕਾਰਨ ਕੀ ਹੈ ਕਿ ਆਪਣੇ ਸਮਾਜ ਦੇ ਵਿੱਚ ਰੋਜ਼ਾਨਾ ਐਦਾ ਦੀਆਂ ਘਟਿਆ ਘਟਨਾਵਾਂ ਵਾਪਰਦੀਆਂ ਨੇ ਐਦਾ ਦੀਆਂ ਮਾੜੀਆਂ ਘਟਨਾਵਾਂ ਵਾਪਰਦੀਆਂ ਨੇ ਜਿੱਥੇ ਕਦੇ ਤਾਂ ਅਸੀਂ ਸੁਣਦੇ ਹਾਂ ਕਿ ਆਪਣੀ ਹਵਸ ਦੀ ਭੁੱਖ ਪਿੱਛੇ ਕਿਸੇ ਨੇ ਆਪਣੀ ਛੋਟੀ ਬੱਚੀ ਕਤਲ ਕਰ ਦਿੱਤੀ ਕਿਤੇ ਆਪਣੀ ਹਵਸ ਪਿੱਛੇ ਖਬਰ ਆਉਂਦੀ ਹੈ ਕਿ ਪਤਨੀ ਨੇ ਆਪਣੇ ਪਤੀ ਨੂੰ ਜ਼ਿੰਦਾ ਸਾੜ ਦਿੱਤਾ ਕਿਤੇ ਖਬਰ ਆਉਂਦੀ ਹੈ ਕਿ ਆਪਣੀ ਕਿਤੇ ਹੋਰ ਥਾਂ ਤੇ ਸਬੰਧਾਂ ਦੀ ਪੂਰਤੀ ਲਈ ਪਤੀ ਨੇ ਆਪਣੀ ਪਤਨੀ ਹੀ ਕਤਲ ਕਰ ਦਿੱਤੀ ਮੈਨੂੰ ਲੱਗਦਾ ਹੈ ਕਿ ਕਿਸੇ ਦੀ ਅਗਰ ਰਹਿ ਬਣ ਨਹੀਂ ਆਉਂਦੀ ਤਾਂ ਜਿਵੇਂ ਅੰਗਰੇਜ਼ਾਂ ਦੇ ਮੁਲਕ ਨੇ ਉਹਨਾਂ ਦਾ ਸਿਸਟਮ ਇਸ ਗੱਲੋਂ ਮੈਨੂੰ ਠੀਕ ਲੱਗਦਾ ਹੈ ਜੇਕਰ ਉਹਨਾਂ ਦੇ ਦੇਸ਼ਾਂ 'ਚ ਕੋਈ ਰਿਸ਼ਤਾ ਠੀਕ ਨਹੀਂ ਚੱਲਦਾ ਤਾਂ ਉਹ ਵੱਡਣ ਮਾਰਨ ਤੱਕ ਨਹੀਂ ਜਾਂਦੀ ਉਹ ਉਸ ਰਿਸ਼ਤੇ ਨੂੰ ਛੱਡ ਕੇ ਤੇ ਜ਼ਿੰਦਗੀ ਨੂੰ ਨਵੇਂ ਸਿਰਿਓਂ ਹੋਰ ਥਾਂ ਤੇ ਸ਼ੁਰੂ ਕਰ ਲੈਂਦੇ ਨੇ ਪਰ ਸਾਡੇ ਸਮਾਜ ਦੇ ਵਿੱਚ ਇੱਕੋ ਰਿਸ਼ਤੇ ਦੇ ਵਿੱਚ ਉਦੋਂ ਤੱਕ ਵੱਜ ਕੇ ਰਹਿਣ ਦੀ ਰਵਾਜ ਹੈ ਜਦੋਂ ਤੱਕ ਇੱਕ ਜਣਾ ਦੂਜੇ ਨੂੰ ਕਤਲ ਨਾ ਕਰ ਦਏ ਰੋਜ਼ਾਨਾ ਇਸ ਤਰ੍ਹਾਂ ਦੀਆਂ ਵਾਰਦਾਤਾਂ ਅਸੀਂ ਸੁਣਦੇ ਆ ਤੇ ਆ ਜਿਹੜੀ ਹਵਸ ਭਰੀਆਂ ਵਾਰਦਾਤਾਂ ਨੇ ਇਹ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਇਹਨਾਂ ਦਾ ਕਾਰਨ ਸਾਡੇ ਸਮਾਜ ਦੇ ਵਿੱਚ ਫੈਲੀ ਹੋਈ ਅਸੰਤੁਸ਼ਟਤਾ ਤੇ ਬੇਚੈਨੀ ਸਾਡੇ ਸਮਾਜ ਦੇ ਵਿੱਚ ਜਿਸ ਤਰ੍ਹਾਂ ਦਾ ਕਲਚਰ ਫਲਾਇਆ ਜਾ ਰਿਹਾ ਹੈ ਉਹੀ ਜਿਹੜੀਆਂ ਲਗਾਤਾਰ ਛੋਟੀ ਬੱਚੀ ਮਤਲਬ 3 ਮਹੀਨੇ ਦੀ ਬੱਚੀ ਤੋਂ ਲੈ ਕੇ 85 ਸਾਲ ਦੀ ਬੇਬੇ ਤੱਕ ਨਾਲ ਬਲਾਤਕਾਰ ਦੀਆਂ ਖਬਰਾਂ ਅਸੀਂ ਪੜ੍ਹਦੇ ਆਂ ਅਸੀਂ ਸੁਣਦੇ ਆਂ ਤਾਂ ਇਹ ਦੀ ਜੇ ਤਹਿ ਤੱਕ ਜਾਈਏ ਤਾਂ ਇਹ ਇੱਕ ਮਾਹੌਲ ਆ ਜਿਹੜਾ ਸਾਡੇ ਸਮਾਜ ਦੇ ਵਿੱਚ ਲਗਾਤਾਰ ਬਣ ਰਿਹਾ ਪਣ ਪਿਆ ਸਰਕਾਰਾਂ ਵੀ ਉਸ ਦੇ ਉੱਪਰ ਧਿਆਨ ਨਹੀਂ ਦੇ ਰਹੀਆਂ ਤੇ ਸਮਾਜ ਵੀ ਉਹਦੇ ਉੱਪਰ ਧਿਆਨ ਨਹੀਂ ਦੇ ਰਿਹਾ ਰਾਜ ਤੇ ਸਮਾਜ ਦੋਨੋਂ ਹੀ ਬੇਖਬਰ ਨੇ ਤੇ ਉਹ ਮਾਹੌਲ ਲਗਾਤਾਰ ਵੱਧ ਰਿਹਾ ਹੁਣ ਜਿਸ ਤਰੀਕੇ ਨਾਲ ਇਸ ਘਰ ਦੇ ਵਿੱਚ ਇੱਕ ਪਿਤਾ ਨੇ ਆਪਣੀ ਹੀ ਬੱਚੀ ਨੂੰ ਹੱਥ ਪਾਇਆ ਐਦਾਂ ਦੀਆਂ ਹੋਰ ਵੀ ਖਬਰਾਂ ਕਈ ਵਾਰ ਤੁਸੀਂ ਸੁਣੀਆਂ ਹੋਣਗੀਆਂ ਪਹਿਲਾਂ ਵੀ ਗੁਰੂ ਹਰਸਹਾਏ ਇਲਾਕੇ ਫਿਰੋਜ਼ਪੁਰ ਦੇ ਇੱਕ ਘਟਨਾ ਅੱਜ ਤੋਂ 3 ਕੁ ਮਹੀਨੇ ਪਹਿਲਾਂ ਵਾਪਰੀ ਹੈ ਜਿੱਥੇ ਇੱਕ ਸਕੂਲੀ ਬੱਚੀ ਨੇ ਆਪਣੇ ਹੀ ਪਿਤਾ ਤੇ ਭਰਾ ਦੇ ਉੱਪਰ ਉਸ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ ਲਾਏ ਨੇ ਤਾਂ ਉਹ ਜਿਹੜੀ ਘਟਨਾ ਉਸ ਟਾਈਮ ਵਾਪਰੀ ਉਹ ਨੇ ਵੀ ਕਾਫੀ ਕੋ ਸੋਚਣ ਲਈ ਮਜਬੂਰ ਕੀਤਾ ਸੀ ਤੇ ਅੱਜ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਵੀ ਕਾਫੀ ਸੋਚਣ ਲਈ ਮਜਬੂਰ ਕਰਦੀ ਹੈ ਪਰ ਸੋਚਣਾ ਉਹਨਾਂ ਨਹੀਂ ਹੁੰਦਾ ਜਿਹੜੇ ਸਮਾਜ ਦੇ ਚਿੰਤਨਸ਼ੀਲ ਜਾਂ ਮਤਲਬ ਫਿਕਰਮੰਦ ਲੋਕ ਨੇ ਜਿਨ੍ਹਾਂ ਦਾ ਮੰਨਣਾ ਹੈ ਕਿ ਕੋਈ ਚੱਕਰ ਨਹੀਂ ਜੋ ਚੱਲੀ ਜਾਂਦਾ ਠੀਕ ਆ ਚੱਲਣ ਦਿਓ ਉਹਨਾਂ ਨੇ ਕਦੇ ਕੁਝ ਸੋਚਣਾ ਸਮਝਣਾ ਜਾਂ ਵਿਚਾਰਨਾ ਨਹੀਂ ਹੁੰਦਾ ਇਹ ਘਟਨਾ ਵੱਡੇ ਸਵਾਲ ਵੀ ਛੱਡਦੀਆਂ ਨੇ ਤੇ ਵੱਡੇ ਸਬਕ ਵੀ ਛੱਡਦੀਆਂ ਨੇ ਮੈਨੂੰ ਲੱਗਦਾ ਹੈ ਇਸ ਘਟਨਾ ਨੂੰ ਅਸੀਂ ਇਹ ਸਮਝ ਕੇ ਨਹੀਂ ਛੱਡ ਸਕਦੇ ਕਿ ਆਪਾਂ ਨੂੰ ਕੀ ਲੱਗੇ ਇਹ ਤਾਂ ਸ਼ੇਰ ਸਿੰਘ ਢਾਬ ਪਿੰਡ ਫਰੀਦਕੋਟ ਦੀ ਘਟਨਾ ਹੈ ਤੇ ਅਸੀਂ ਕਿਹੜਾ ਉਸ ਪਰਿਵਾਰ ਨਾਲ ਸਾਡਾ ਕੋਈ ਲੈਣਾ ਦੇਣਾ ਜਿਹੜੀ ਚੀਜ਼ ਸਮਾਜ ਦੇ ਵਿੱਚ ਲਗਾਤਾਰ ਫੈਲਣੀ ਸ਼ੁਰੂ ਹੋ ਜਾਈ ਉਹ ਕਿਤੇ ਨਾ ਕਿਤੇ ਉਹ ਮਾੜੀ ਹੋਵੇ ਜਾਂ ਚੰਗੀ ਹੋਵੇ ਉਹ ਉਹਦਾ ਅਸਰ ਸਾਡੇ ਪਿੰਡਾਂ ਸਾਡੇ ਕਰਾਂ ਤੱਕ ਵੀ ਪਹੁੰਚ ਜਾਣਾ ਹੁੰਦਾ ਇਸ ਕਰਕੇ ਵਕਤ ਰਹਿੰਦਿਆਂ ਪੂਰੇ ਸਮਾਜ ਨੂੰ ਰਾਜ ਨੂੰ ਤੇ ਸਰਕਾਰਾਂ ਨੂੰ ਇਹਦੇ ਉੱਪਰ ਲਾਜ਼ਮੀ ਚਿੰਤਨ ਕਰਨਾ ਪਏਗਾ ਸੋਚਣਾ ਪਏਗਾ ਵਿਚਾਰਨਾ ਪਏਗਾ ਇਹਨਾਂ ਦੀ ਜੜ ਲੱਭਣੀ ਪੈਗੀ ਔਰ ਫਿਰ ਇਹ ਅਨਸਖਾਵੀਆਂ ਘਟਨਾਵਾਂ ਨੇ ਜੜੀਆਂ ਉਹ ਰੁਕ ਸਕਦੀਆਂ ਨੇ ਹੁਣ ਇਹ ਜਿਹੜੀ ਭੈਣ ਹੈ ਜਿਸ ਨੇ ਇਹ ਕਤਲ ਕੀਤਾ ਹੈ ਸ਼ਾਇਦ ਕਦੇ ਵੀ ਇਸ ਨੇ ਇਹ ਸੋਚਿਆ ਨਹੀਂ ਹੋਵੇਗਾ ਕਿ ਮੈਨੂੰ ਆਪਣੇ ਪਤੀ ਦਾ ਹੀ ਕਤਲ ਕਰਨਾ ਪੈ ਜਾਣਾ ਆਪਣੇ ਜੀਵਨ ਸਾਥੀ ਨੂੰ ਮੈਨੂੰ ਮਾਰਨਾ ਪੈ ਜਾਣਾ ਇਸ ਔਰਤ ਨੇ ਕਦੇ ਸੋਚਿਆ ਨਹੀਂ ਹੋਣਾ ਪਰ ਜੇ ਸਹਾਲਾਤ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹਨੇ ਆਪਣੇ ਹੀ ਪਤੀ ਨੂੰ ਆਪਣੀ ਧੀ ਦੇ ਨਾਲ ਵੇਖਿਆ ਤਾਂ ਲਾਜ਼ਮੀ ਤੌਰ ਤੇ ਆਪਾਂ ਸਾਰੇ ਸਮਝ ਸਕਦੇ ਹਾਂ ਕਿ ਉਹ ਕਿੰਨਾ ਜ਼ਿਆਦਾ ਦਰਦਨਾਕ ਕਿੰਨਾ ਜ਼ਿਆਦਾ ਉਹ ਇਸ ਨੂੰ ਸਦਮਾ ਪਹੁੰਚਿਆ ਹੋਊਗਾ ਜਿਹਦੇ ਕਰਕੇ ਇਸਨੇ ਆਪਣੇ ਹੀ ਪਤੀ ਦਾ ਇਸ ਤਰੀਕੇ ਨਾਲ ਕੋਹਟਣਾ ਮਾਰ ਕੇ ਕਤਲ ਕੀਤਾ ਦੇਖੋ ਆਪਣੇ ਸਮਾਜ ਦੇ ਵਿੱਚ ਜਿਹੜੀ ਜ਼ਗੀਰੂ ਕਦਰਾਂ ਕੀਮਤਾਂ ਨੇ ਉਹ ਤਾਂ ਟੁੱਟਣੀਆਂ ਚਾਹੀਦੀਆਂ ਨੇ ਪਰ ਜਿਹੜੀਆਂ ਨੈਤਿਕ ਸਹੀ ਨੈਤਿਕ ਕਦਰਾਂ ਕੀਮਤਾਂ ਨੇ ਉਹ ਬਣਾ ਕੇ ਰੱਖਣੀਆਂ ਚਾਹੀਦੀਆਂ ਨੇ ਪਰ ਉਹ ਵੀ ਟੁੱਟ ਰਹੀਆਂ ਨੇ ਸਾਡੇ ਸਮਾਜ ਦੇ ਵਿੱਚ ਇਮਾਨਦਾਰੀ ਵੀ ਖਤਮ ਹੁੰਦੀ ਜਾ ਰਹੀ ਹੈ ਜਿਹੜੀ ਸ਼ਰਮ ਹਯਾਓ ਖਤਮ ਹੁੰਦੀ ਜਾ ਰਹੀ ਹੈ ਸਾਡੇ ਸਮਾਜ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਵੱਡੇ ਪੱਧਰ ਤੇ ਘਾਣ ਹੁੰਦਾ ਨਜ਼ਰ ਆਉਂਦਾ ਹੈ ਅਫਸੋਸ ਦਰ ਅਫਸੋਸ ਕਿ ਸਾਰੇ ਇਸ ਤੋਂ ਬੇਖਬਰ ਨੇ ਪਰ ਇਹਨਾਂ ਘਟਨਾਵਾਂ ਨੇ ਆਪਣਾ ਮੂੰਹ ਅੱਡਿਆ ਹੋਇਆ ਸੋਚਣ ਦੇ ਲਈ ਇਹ ਘਟਨਾਵਾਂ ਸਾਨੂੰ ਸਵਾਲ ਕਰਦੀਆਂ ਨੇ ਕਿ ਅਸੀਂ ਆਪਣੇ ਸਮਾਜ ਨੂੰ ਕਦੋਂ ਉਸ ਪੱਧਰ ਤੇ ਲੈ ਕੇ ਜਾਵਾਂਗੇ ਜਿੱਥੇ ਇਹ ਸਮਾਜ ਮਾਣ ਕਰਨ ਯੋਗ ਹੋਏਗਾ ਕਿ ਹੁਣ ਕਦੇ ਵੀ ਸਾਡੇ ਸਮਾਜ 'ਚ ਐਦਾਂ ਦੀਆਂ ਘਟਨਾਵਾਂ ਨਹੀਂ ਵਾਪਰੀਆਂ ਅਸੀਂ ਸਬਕ ਹੋ ਗਏ ਆ ਅਸੀਂ ਸਿਆਣੇ